ਹੈਲੋ एवरीवन ਵੈਲਕਮ ਬੈਕ ਟੂ ਵਾਂਸ ਅਗੇਨ ਅੱਜ ਦਾ ਜਿਹੜਾ ਆਪਣਾ ਟੌਪਿਕ ਹੈਗਾ ਜੀ ਉਹ ਹੈਗਾ ਥਰਸਟਨਸ ਪ੍ਰਾਇਮਰੀ ਮੈਂਟਲ ਅਬਿਲਿਟیز ਇਹਦੇ ਵਿੱਚ ਆਪਾਂ ਹੁਣ ਥਾਰਸਟਨ ਦਾ ਦੇਖਾਂਗੇ ਕਿ ਥਾਰਸਟਨ ਨੇ ਆਪਾਂ ਨੂੰ ਕੀ ਪੁਆਇੰਟ ਦਿੱਤੇ ਆ ਉਹ ਬੁੱਧੀ ਨੂੰ ਕੀ ਸਮਝ ਕੇ ਚੱਲਦਾ ਇਸ ਤੋਂ ਪਹਿਲਾਂ ਆਪਾਂ ਜਿਹੜਾ ਕਿ ਇੰਟੈਲੀਜੈਂਸੀ ਦੇ ਬਾਰੇ ਪੜ ਚੁੱਕੇ ਆ ਤੇ ਸਪੀਅਰਸਮੈਨ ਦੇ ਬਾਰੇ ਪੜਿਆ ਤੇ ਆਪਾਂ ਥੌਂਡਾਈਕਸ ਬਾਰੇ ਵੀ ਪੜਿਆ ਉਹਦੀਆਂ ਥਿਊਰੀਆਂ ਤੇ ਆਪਣੀਆਂ ਥਿਊਰੀਆਂ ਜਿਹੜੀਆਂ ਕਿ ਹੁਣ ਇੰਟੈਲੀਜੈਂਸੀ ਦੇ ਬਾਰੇ ਆਪਾਂ ਜਿਹੜਾ ਡਿਟੇਲ ਦੇ ਵਿੱਚ ਕਰ ਰਹੇ ਆ ਤੇ ਇਸੇ ਤਰੀਕੇ ਨਾਲ ਹੀ ਬਸ ਇਸ ਥਿਊਰੀਆਂ ਦੇ ਵਿੱਚੋਂ ਵੀ ਜਿਹੜਾ ਕਿ ਇੱਕ ਦੋ ਕੁਐਸਚਨ ਪੀਐਸਟੈਟ ਵਿੱਚ ਜ਼ਰੂਰ ਆਂਦੇ ਹੈਗੇ ਆ ਤਾਂ ਇਸ ਥਿਉਰੀ ਨੂੰ ਵੀ ਜਿਹੜਾ ਕਿ ਧਿਆਨ ਨਾਲ ਸਮਝਿਓ ਸਭ ਤੋਂ ਪਹਿਲਾਂ ਜਿਹੜਾ ਹੈਗਾ ਉਹ ਹੈਗਾ ਥਰਸਟਨ ਦੇ ਬੁੱਧੀ ਬਾਰੇ સિਧਾਂਤ ਨੂੰ ਜਿਹੜਾ ਕਿ ਬੋਹ ਕਾਰਕ ਬੁੱਧੀ સિਧਾਂਤ ਵੀ ਕਿਹਾ ਜਾਂਦਾ ਅਸੀਂ ਇਹ ਨਹੀਂ ਕਹਿ ਸਕਦੇ ਕਿ ਥ ਜਿਹੜਾ ਕਿ ਇਹ ਥਰਸਟਨ ਦੀ ਜਿਹੜੀ ਕਿ ਇਹ ਪ੍ਰਾਇਮਰੀ ਮੈਂਟਲ ਅਬਿਲਿਟੀ ਦਿੱਤੀ ਹੈ ਇਹਨੂੰ ਪੰਜਾਬੀ ਦੇ ਵਿੱਚ ਇਹਨੂੰ ਬੋਹ ਕਾਰਕ ਬੁੱਧੀ સિਧਾਂਤ ਕਹਿੰਦੇ ਆ ਜਿਹਨੂੰ ਕਹਿੰਦੇ ਆ ਮਲਟੀਪਲਾਈ ਫੈਕਟਰ ਥਿਉਰੀ ਆਫ ਇੰਟੈਲੀਜੈਂਸੀ ਠੀਕ ਹੈ ਦਾ اے ਨਾਮ ਤੁਹਾਨੂੰ ਪੂਰੇ ਕਲੀਅਰ ਹੋਣੇ ਚਾਹੀਦੇ ਕਿਉਂਕਿ ਇਹਦੇ ਵਿੱਚ ਥੋੜੀ ਜਿਹੀ ਕਨਫਿਊਜ਼ਨ ਆ ਆਮ ਤੌਰ ਤੇ ਸਟੂਡੈਂਟਸ ਨੂੰ ਹੋ ਜਾਂਦੀ ਹੈ ਕਿਉਂਕਿ ਜਿਹੜੀਆਂ ਇੰਟੈਲੀਜੈਂਸੀ ਦੇ ਵਿੱਚ ਜਿਆਦਾਤਰ ਫੈਕਟਰ ਬਾਰੇ ਦਿੱਤਾ ਹੋਇਆ ਹਨ ਤਾਂ ਕਈਆਂ ਦੇ ਨਾਮ ਜਿਹੜੇ ਕਿ ਸੇਮ ਆ ਪਰ ਤੁਸੀਂ ਇੱਥੋਂ ਜਿਹੜਾ ਕੀ ਆ ਇਹਨੂੰ ਕਲੀਅਰ ਕਰ ਲਿਓ ਕਿ ਇਹਦਾ ਪੀਏ ਪੀਐਮਏ ਦੇ ਬਾਰੇ ਜਿਹੜਾ ਕੀ ਇਹਨੇ ਗੱਲ ਕੀਤੀ ਆ ਤੇ ਇਹਦੀ ਥਿਊਰੀ ਨੂੰ ਜਿਹੜਾ ਕੀ ਇਹ ਪ੍ਰਾਇਮਰੀ ਮੈਂਟਲ ਅਬਿਲਟੀ ਦਾ ਨਾਮ ਵੀ ਜਿਹੜਾ ਕੀ ਇਹ ਦਿੱਤਾ ਗਿਆ ਹੈ ਤੇ ਇਹਨੂੰ ਸ਼ਾਰਟ ਦੇ ਵਿੱਚ ਜਿਹੜਾ ਕੀ ਆ ਮੈਂ ਇੱਥੇ ਲਿਖ ਦਿੰਨੀ ਆ ਪੀਐਮਏਬੀ ਕਿਆ ਗਿਆ ਤਾਂ ਇਹ ਵੀ ਜ਼ਰੂਰ ਇਸ ਇੱਥੇ ਤੁਹਾਨੂੰ ਕਲੀਅਰ ਹੋ ਜਾਊਗਾ ਕਿ ਇਹ ਜਿਹੜਾ ਕਿ ਥਰਸਟਨ ਦੀ ਥਿਊਰੀ ਆ ਨੈਕਸਟ ਜਿਹੜਾ ਪੁਆਇੰਟ ਹੈਗਾ ਥਰਸਟਨ ਨੇ ਫੋਕਸ ਕੀਤਾ ਕਿ 7 ਡਿਫਰੈਂਟ ਪ੍ਰਾਇਮਰੀ ਅਬਿਲਿਟੀਆਂ ਹੁੰਦੀਆਂ ਠੀਕ ਹੈ ਇਹ ਜਨਰਲ ਅਬਿਲਟੀ ਨੂੰ ਵੀ ਮੰਨਦਾ ਹੈਗਾ ਇਹ ਕਹਿੰਦਾ ਜਨਰਲ ਅਬਿਲਟੀ ਹਰੇਕ ਪਰਸਨ ਦੇ ਵਿੱਚ ਹੁੰਦੀ ਹੈ ਬਟ ਸਪੈਸੀਫਿਕ ਅਬਿਲਟੀ ਜਿਹੜੀ ਕਿ ਆ ਹਰੇਕ ਪਰਸਨ ਦੇ ਮਾਈਂਡ ਵਿੱਚ ਅਲੱਗ-ਅਲੱਗ ਹੁੰਦੀ ਆ ਤਾਂ ਇਹਦੇ ਅਕੋਰਡਿੰਗ ਕੀ ਹੈ ਕਿ ਥਰਸਟਨ ਨੇ ਚੀਜ਼ ਦੇ ਉੱਪਰ ਜ਼ੋਰ ਪਾਇਆ ਕਿ ਜਿਹੜੀ ਸਾਡੀਆਂ ਪ੍ਰਾਇਮਰੀ ਅਬਿਲਿਟੀਆਂ ਹੁੰਦੀਆਂ ਉਹ ਜਿਹੜੀਆਂ ਕਿ 7 ਡਿਫਰੈਂਟ ਹੁੰਦੀਆਂ ਜਿਦੇ ਬਾਰੇ ਆਪਾਂ ਡਿਸਕਸ ਕਰਾਂਗੇ ਪ੍ਰਾਇਮਰੀ ਮੈਂਟਲ ਅਬਿਲਿਟੀ ਹੈਨਾ ਇਹ ਕੀ ਹੁੰਦੀ ਹੈ ਪ੍ਰਾਇਮਰੀ ਮੈਂਟਰ ਅਬਿਲਿਟੀਆਂ ਸਭ ਤੋਂ ਪਹਿਲਾਂ ਜਿਹੜੀ ਆ ਗਈ ਵਰਬਲ ਅਬਿਲਿਟੀਆਂ ਦੇਖੋ ਜਦੋਂ ਆਪਾਂ ਕੱਲ ਨੂੰ ਜਿਹੜਾ ਕੀ ਆ ਅਗਲੀ ਥਿਊਰੀ ਗਾਰਡਨਰ ਦੇ ਬਾਰੇ ਵੀ ਕਰਾਂਗੇ ਤਾਂ ਇਨ ਗਾਰਡਨਰ ਦੀ ਥਿਊਰੀ ਤੇ ਜਿਹੜਾ ਕੀ ਆ ਥਰਸਟਨ ਦੀ ਥਿਊਰੀ ਦੇ ਵਿੱਚ ਜਿਹੜੇ ਪੁਆਇੰਟ ਬਿਲਕੁਲ ਸੇਮ ਆ ਬਟ ਇਹਨਾਂ ਨੇ ਜਿਹੜੇ ਵਿਊ ਆਪਣੇ ਡਿਫਰੈਂਟ ਡਿਫਰੈਂਟ ਦਿੱਤੇ ਆ ਤਾਂ ਇਸ ਕਰਕੇ ਇਸ ਥਿਊਰੀ ਨੂੰ ਸਮਝਣਾ ਤੁਹਾਡਾ ਜਿਹੜਾ ਕੀ ਆ ਆਰਾਮ ਨਾਲ ਜਾਂ ਧਿਆਨ ਨਾਲ ਇਸ ਚੀਜ਼ ਨੂੰ ਜਿਹੜਾ ਕੀ ਸਮਝੋ ਕਿ ਇਹਦੇ ਤੇ ਉਹ ਵਿੱਚ ਕੀ ਡਿਫਰੈਂਸ ਆ ਠੀਕ ਹੈ ਸਭ ਤੋਂ ਪਹਿਲਾਂ ਹੈਗਾ ਵਰਬਲ ਅਬਿਲਟੀ ਜਿਹਨੂੰ ਵੀ ਵੀ ਕਿਹਾ ਜਾਂਦਾ ਠੀਕ ਹੈ ਇਹਦੇ ਇਹ ਉਹ ਇਹ ਕਹਿੰਦਾ ਕਿ ਜਿਹੜੀ ਸਾਡੀ ਪ੍ਰਾਇਮਰੀ ਮੈਂਟਰਲ ਅਬਿਲਟੀ ਦੇ ਵਿੱਚ ਜਿਹੜਾ ਕੀ ਆ ਵਰਬਲ ਅਬਿਲਟੀ ਵੀ ਸ਼ਾਮਿਲ ਆ ਕਿਉਂਕਿ ਇਹਦੇ ਵਿੱਚ ਬੋਲਣ ਤੇ ਸਮਝਣ ਦੀ ਯੋਗਤਾ ਆਂਦੀ ਹੈ ਜਾਨੀ ਕਿ ਅਸੀਂ ਸ਼ਬਦਾਂ ਨੂੰ ਅਰਥ ਠੀਕ ਹੈ ਸ਼ਬਦਾਂ ਦੇ ਅਰਥ ਸਮਝ ਸਕਦੇ ਆ ਕਿਸੇ ਚੀਜ਼ ਨੂੰ ਸਮਝਣ ਤੇ ਬੋਲਣ ਦੀ ਜਿਹੜੀ ਕੀ ਸਾਡੇ ਵਿੱਚ ਅਬਿਲਟੀ ਆ ਜਾਂਦੀ ਆ ਉਹਨੂੰ ਕੀ ਕਹਿੰਦੇ ਆ ਵਰਬਲ ਅਬਿਲਟੀ ਠੀਕ ਹੈ ਨੈਕਸਟ ਆ ਗਿਆ ਵਰਡ ਫਿਊਲੈਂਸੀ ਅਬਿਲਟੀ ਜਿਹਨੂੰ ਡਬਲ ਔਰ ਡਬਲਯੂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਠੀਕ ਹੈ ਇਹ ਕਿਹੜੀ ਅਬਿਲਟੀ ਆ ਅਬਿਲਟੀ ਟੂ ਰੈਪਿਡਲੀ ਪ੍ਰੋਡਿਊਸਿੰਗ ਵਰਡ ਸੈਂਟੈਂਸਸ ਠੀਕ ਹੈ ਐਂਡ ਅਦਰ ਵਰਬਲ ਮਟੀਰੀਅਲ ਕੀ ਹੈ ਕਿ ਜਿਹਦੇ ਵਿੱਚ ਆਪਾਂ ਕਿਸੇ ਵਰਡ ਨੂੰ ਜਿਹੜਾ ਕੀ ਆ ਪ੍ਰੋਨਾਂਊਂਸ ਕਰ ਸਕੀਏ ਕਿਸੇ ਸੈਂਟੈਂਸ ਨੂੰ ਵਧੀਆ ਪ੍ਰੋਡਿਊਸ ਕਰ ਸਕੀਏ ਤੇ ਅਦਰ ਵਰਬਲ ਜਿਹੜੇ ਇਹਦੇ ਵਿੱਚ ਮਟੀਰੀਅਲ ਸਾਡੇ ਵਰਬਲ ਮਤਲਬ ਹੁੰਦਾ ਸ਼ਬਦ ਠੀਕ ਹੈ ਹੋਰ ਮਟੀਰੀਅਲ ਜਿਹੜੇ ਕੀ ਇਹਦੇ ਵਿੱਚ ਐਡ ਹੁੰਦੇ ਆ ਉਸ ਚੀਜ਼ ਦੀ ਯੋਗਤਾ ਕਿ ਜਦੋਂ ਤੁਹਾਨੂੰ ਲੱਗੇ ਕਿ ਤੁਹਾਡੀ 멘ਟਲ ਅਬਿਲਟੀ ਦੇ ਵਿੱਚ ਜਿਹੜੀ ਕੀ ਆ ਤੁਸੀਂ ਸੈਂਟੈਂਸ ਨੂੰ ਵਧੀਆ ਪ੍ਰੋਡਿਊਸ ਕਰ ਰਹੇ ਹੋ ਠੀਕ ਹੈ ਕਿਸੇ ਵਰਡ ਨੂੰ ਜਿਹੜਾ ਕਿ ਵਧੀਆ ਪ੍ਰੋਡਿਊਸ ਕਰ ਰਹੇ ਹੋ ਤਾਂ ਤੁਹਾਡਾ ਜਿਹੜਾ ਭਾਸ਼ਾ ਬੋਲਣ ਦਾ ਜਿਹੜਾ ਮਟੀਰੀਅਲ ਆ ਉਹ ਬਹੁਤ ਜ਼ਿਆਦਾ ਵਧੀਆ ਹੈਗਾ ਤਾਂ ਇਹਦਾ ਮਤਲਬ ਤੁਹਾਡੇ ਵਿੱਚ ਵਰਡ ਫਿਊਲੈਂਸੀ ਅਬਿਲਟੀ ਸ਼ਾਮਿਲ ਹੈ ਠੀਕ ਹੈ ਤਾਂ ਇਸ ਤਰੀਕੇ ਨਾਲ ਇੱਕ ਇੱਕ ਪੁਆਇੰਟ ਨੂੰ ਧਿਆਨ ਨਾਲ ਸਮਝਿਓ ਨੈਕਸਟ ਰੈਂ ਦਿੱਤਾ ਨੰਮੈਰਿਕਲ ਅਬਿਲਟੀ ਔਰ ਇਹਨੂੰ ਐਨ ਵੀ ਕਿਹਾ ਜਾਂਦਾ ਠੀਕ ਹੈ गिनत ਅਤੇ ਨੰਬਰਾਂ ਦੀ ਸਮਝਣ ਦੀ ਯੋਗਤਾ ਦੇਖੋ ਇਹਨਾਂ ਦੇ ਨਾਮ ਤੋਂ ਹੀ ਕਲੀਅਰ ਹੈਗਾ ਹਨ ਜਿਦੇ ਵਿੱਚ ਨਿਊਮੈਰਿਕਲ ਕੈਲਕੂਲੇਸ਼ਨ ਠੀਕ ਹੈ ਹਿਸਾਬ ਕਿਤਾਬ ਠੀਕ ਹੈ ਮਲਟੀਪਲਾਈ ਤਾਂ ਇਹ ਸਾਰੀਆਂ ਚੀਜ਼ਾਂ ਜਿਦੇ ਵਿੱਚ ਇਹ ਚੀਜ਼ਾਂ ਦੀ ਯੋਗਤਾ ਆ ਜੇ ਉਹਨੂੰ ਕੀ ਕਹਿੰਦੇ ਆ ਨਿਊਮੈਰਿਕਲ ਅਬਿਲਟੀ ਨੈਕਸਟ ਹੈਗਾ ਮੈਮਰੀ ਅਬਿਲਟੀ ਮੈਮਰੀ ਅਬਿਲਟੀ ਨੂੰ ਐਮਵੀ ਕਹਿੰਦੇ ਆ ਔਰ ਠੀਕ ਹੈ ਇਟ ਇਸ ਦਾ ਅਬਿਲਟੀ ਟੂ ਰਿਕਾਲ ਐਂਡ ਅਸੈਸੋਕੇਟ ਪ੍ਰੀਵੀਅਸਲੀ ਲਰਨਡ ਆਈਟਮਸ ਅਫੈਕਟਿਵਲੀ ਔਰ ਮੈਮੋਰਾਇਜ਼ਿੰਗ ਕੁਇਕਲੀ ਦੇਖੋ ਇਹਦੇ ਵਿੱਚ ਕੀ ਕਿਹਾ ਕਹਿੰਦਾ ਉਹ ਯੋਗਤਾ ਜਾਨੀ ਕਿ ਉਹ ਅਬਿਲਟੀ ਜਿਹੜੀ ਸਾਨੂੰ ਰਿਕਾਲ ਕਰੇ ਜਾਂ ਸਾਨੂੰ ਅਸੈਸੋਕੇਟ ਕਰੇ ਪ੍ਰੀਵਿਅਸਲੀ ਠੀਕ ਹੈ ਪਿਛਲੀਆਂ ਚੀਜ਼ਾਂ ਨੂੰ ਠੀਕ ਹੈ ਯਾਦ ਕਰਵਾਵੇ ਉਹ ਚੀਜ਼ ਆਈਟਮਸ ਨੂੰ ਜਿਹਦੇ ਸਾਡੇ ਤੇ ਅਫੈਕਟਿਵਲੀ ਹੋਵੇ ਉਸ ਚੀਜ਼ ਦਾ ਅਫੈਕਟ ਪਵੇ ਜਾਂ ਮੈਮੋਰਾਇਜ਼ਿੰਗ ਕਿਸੇ ਚੀਜ਼ ਨੂੰ ਅਚਾਨਕ ਉਸ ਚੀਜ਼ ਨੂੰ ਸਾਨੂੰ ਯਾਦ ਕਰਾਵੇ ਉਹਨੂੰ ਕੀ ਕਹਿੰਦੇ ਹੈਗੇ ਆ ਮੈਮਰੀ ਅਬਿਲਟੀ ਜਾਨੀ ਕਿ ਸਾਡੇ ਵਿੱਚ ਇਹੇ ਵੀ ਅਬਿਲਟੀ ਹੈਗੀ ਆ ਕਿ ਅਸੀਂ ਕਿਸੇ ਵੀ ਚੀਜ਼ ਨੂੰ ਪਿਛਲੀ ਚੀਜ਼ ਨੂੰ ਜਿਹੜਾ ਕਿ ਯਾਦ ਵੀ ਕਰ ਸਕੀਏ ਠੀਕ ਹੈ ਤੇ ਸਾਡਾ ਜਿਹੜਾ ਮਾਈਂਡ ਹੈਗਾ ਇੱਕਦਮ ਜਿਹੜਾ ਕਿ ਰਿਸਪੌਂਸ ਦੇਵੇ ਤਾਂ ਅਸੀਂ ਇਸ ਚੀਜ਼ ਨੂੰ ਕੁਇਕਲੀ ਜਿਹੜੇ ਕਿ ਯਾਦ ਕਰ ਲਈਏ ਉਹਨੂੰ ਕੀ ਕਹਿੰਦੇ ਆ ਮੈਮਰੀ ਅਬਿਲਟੀ ਨੈਕਸਟ ਹੈਗਾ ਰੀਜ਼ਨਿੰਗ ਅਬਿਲਟੀ ਦੇਖੋ ਜਿੱਥੇ ਮਾਈਂਡ ਦੀ ਗੱਲ ਉਹਨੇ ਕੀਤੀ ਆ ਬੁੱਧੀ ਦੀ ਜਿੱਥੇ ਬੁੱਧੀ ਵਿੱਚ ਮੰਨ ਲਓ ਮੈਮਰੀ ਅਬਿਲਟੀ ਸ਼ਾਮਿਲ ਹੋ ਜੇ ਤਾਂ ਨੈਚੁਰਲੀ ਗੱਲ ਹੈ ਕਿ ਸਾਡੀ ਰੀਜ਼ਨਿੰਗ ਅਬਿਲਟੀ ਵੀ ਆਊਗੀ ਠੀਕ ਹੈ ਜਦੋਂ ਸਾਡਾ ਮਾਈਂਡ ਜਿਹੜਾ ਕੀ ਹੈ ਪ੍ਰੀਵਿਅਸਲੀ ਚੀਜ਼ਾਂ ਨੂੰ ਕੁਇਕਲੀ ਰਿਸਪੌਂਸ ਕਰਦਾ ਉਸ ਚੀਜ਼ ਨੂੰ ਯਾਦ ਕਰਵਾਉਂਦਾ ਹੈ ਕਿ ਅਸੀਂ ਪਿੱਛੇ ਕੀ ਚੀਜ਼ ਕਰਕੇ ਗਏ ਆ ਤਾਂ ਫਿਰ ਇਹਦੇ ਵਿੱਚ ਰੀਜ਼ਨਿੰਗ ਅਬਿਲਟੀ ਤਾਂ ਨੈਚੁਰਲੀ ਗੱਲ ਹੈ ਕਿ ਸ਼ਾਮਿਲ ਹੋਊਗੀ ਠੀਕ ਹੈ ਤਾਂ ਇਹਨੂੰ ਜਿਹੜਾ ਕੀ ਆ ਔਰ ਆਰ ਵੀ ਆ ਠੀਕ ਹੈ ਅਬਿਲਟੀ ਟੂ ਥਿੰਕ ਲੌਜੀਕਲੀ ਠੀਕ ਹੈ ਥਿੰਕ ਲੌਜੀਕਲੀ ਦਾ ਮਤਲਬ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਸਮਝਾਤਾ ਸੀ ਤਰਕ ਨਾਲ ਸੋਚਣਾ ਹਨਾ ਲੌਜੀਕਲੀ ਰੀਜ਼ਨਿੰਗ ਕਿੱਥੇ ਯੂਜ਼ ਕਰਦੇ ਆ ਜਿੱਥੇ ਸਾਨੂੰ ਸਹੀ ਗਲਤ ਦੀ ਪਛਾਣ ਹੁੰਦੀ ਹੈ ਜਿੱਥੇ ਅਸੀਂ ਆਪਦਾ ਮਾਈਂਡ ਆਪਦਾ ਤਰਕ ਲਗਾਨੇ ਆ ਵੀ ਕਿਹੜੀ ਚੀਜ਼ ਸਹੀ ਕਿਹੜੀ ਨਹੀਂ ਇਹਦੇ ਵਿੱਚ ਇੰਡੈਕਟਿਵ ਤੇ ਡਿਡਕਟਿਵ ਰੀਜ਼ਨਿੰਗ ਵੀ ਆ ਜਾਂਦੀ ਹੈ ਠੀਕ ਹੈ ਜਿਹਦੇ ਵਿੱਚ ਆਪਾਂ ਥੋੜਾ ਜਿਹਾ ਅੱਗੇ ਜਦੋਂ ਕਰਾਂਗੇ ਹੋਰ ਥਿਉਰੀਆਂ ਜਾਂ ਜਦੋਂ ਪੈਡਾਗੋਜੀ ਕਰਾਂਗੇ ਤਾਂ ਉਦੋਂ ਮੈਂ ਤੁਹਾਨੂੰ ਉਹ ਕਨਸੈਪਟ ਕਲੀਅਰ ਕਰੂੰਗੀ ਤਾਂ ਇਸ ਤਰੀਕੇ ਨਾਲ ਅਸੀਂ ਕਹਿ ਰੀਜ਼ਨਿੰਗ ਅਬਿਲਿਟੀ ਉਹ ਹੁੰਦੀ ਆ ਜਿਦੇ ਵਿੱਚ ਇੱਕ ਤਰਕ ਲਗਾਉਣ ਲੱਗ ਜੰਨੇ ਆ ਇਹੋ ਜੀ ਥਿੰਕਿੰਗ ਜਿਦੇ ਵਿੱਚ ਸਾਨੂੰ ਸਹੀ ਤੇ ਗਲਤ ਦੀ ਜੜੀ ਕੀ ਹੈ ਪਛਾਣ ਹੋਵੇ ਤਾਂ ਨੈਕਸਟ ਹੈਗਾ ਸਪੈਕਟਰਲ ਅਬਿਲਿਟੀ ਔਰ ਐਸ ਇਹ ਵੀ ਬਹੁਤ ਇੰਪੋਰਟੈਂਟ ਹੈਗੀ ਹੈ ਅਬਿਲਿਟੀ ਟੂ ਪਰਸੀਵ ਦਾ ਸਪੈਕਟਰਲ ਅਬਿਲਿਟੀ ਹਨਾ ਸਪੈਕਟਲ ਅਬਿਲਟੀ ਕੀ ਹੁੰਦੀ ਆ ਉਹ ਯੋਗਤਾਵਾਂ ਜਿਦੇ ਵਿੱਚ ਆਪਾਂ ਜਿਹੜਾ ਕਿ ਆਪਣੇ ਮਾਈਂਡ ਦੇ ਵਿੱਚ ਇੱਕ ਇਮੇਜਿਨੇਸ਼ਨ ਦੇ ਤੌਰ ਤੇ ਪੂਰੀ ਉਸ ਚੀਜ਼ ਆ ਉਸ ਸਿਚੁਏਸ਼ਨ ਨੂੰ ਹੈਂਡਲ ਕਰ ਸਕੀਏ ਠੀਕ ਹੈ ਜਿਵੇਂ ਕਿ ਪਾਇਲਟ ਤਾਂ ਇਸ ਤਰੀਕੇ ਨਾਲ ਅਸੀਂ ਕਹਿ ਸਕਦੇ ਕਿ ਉਹਦੇ ਵਿੱਚ ਜਿਹੜੀ ਕਿ ਸਪੈਕਟਲ ਅਬਿਲਟੀ ਹੁੰਦੀ ਆ ਕਿ ਕਿਸੇ ਚੀਜ਼ ਨੂੰ ਹੈਂਡਲ ਕਰਨਾ ਸਾਰੀਆਂ ਇਸ ਵਿੱਚ ਸ਼ਾਮਿਲ ਹੁੰਦੇ ਆ ਫਿਜ਼ੀਕਲੀ ਵੀ ਹੁੰਦਾ ਮਾਈਂਡ ਵੀ ਹੁੰਦਾ ਠੀਕ ਹੈ ਤਾਂ ਇਹਦੇ ਵਿੱਚ ਅਸੀਂ ਕਹਿ ਸਕਦੇ ਕਿ ਇਹ ਕੀ ਹੜੀ ਹੁੰਦੀ ਆ ਸਪੈਕਟਲ ਅਬਿਲਟੀ ਨੈਕਸਟ ਹੈਗਾ ਪਰਸੈਪਸ਼ਨਲ ਅਬਿਲਟੀ ਠੀਕ ਹੈ ਔਰ ਪੀ ਵੀ ਇਹਨੂੰ ਕਿਹਾ ਜਾਂਦਾ ਹੈ ਪਰਸੈਪਸ਼ਨ ਦਾ ਮਤਲਬ ਹੁੰਦਾ ਹੈ ਪਛਾਣ ਕਰਨ ਦੀ ਯੋਗਤਾ ਜਦੋਂ ਸਾਨੂੰ ਪੂਰੇ ਤਰੀਕੇ ਨਾਲ ਸਾਰੀ ਚੀਜ਼ ਦੀ ਸਮਝ ਆ ਜਾਏ ਕਿ ਅਸੀਂ ਇਸ ਚੀਜ਼ ਨੂੰ ਕਿਵੇਂ ਕਰਨਾ ਤਾਂ ਉਹਨੂੰ ਕੀ ਕਹਿੰਦੇ ਆ ਵਸਤੂ ਨੂੰ ਸਪਸ਼ਟ ਰੂਪ ਵਿੱਚ ਜਿਹੜਾ ਕੀ ਹੈ ਸਮਝਣਾ ਉਸ ਚੀਜ਼ ਦੇ ਬਾਰੇ ਕੋਈ ਵੀ ਵਸਤੂ ਹੋ ਸਕਦੀ ਹੈ ਉਹਨੂੰ ਕੀ ਕਹਿੰਦੇ ਹੈ ਪਰਸੈਪਸ਼ਨ ਅਬਿਲਟੀ ਦਾ ਇਸ ਤਰੀਕੇ ਨਾਲ ਥਰਸਟਨ ਨੇ ਜਿਹੜੀ ਕਿ ਪ੍ਰਾਇਮਰੀ ਅਬਿਲਟੀ ਦੇ ਵਿੱਚ ਜਿਹੜੀਆਂ ਕਿ ਸੱਤ ਯੋਗਤਾਵਾਂ ਦੇ ਬਾਰੇ ਦੱਸਿਆ ਆਪਾਂ ਨੂੰ ਤੇ ਇਹ ਸੱਤ ਜਿਹੜੀਆਂ ਬਹੁਤ ਇੰਪੋਰਟੈਂਟ ਆ ਇਹਦੇ ਵਿੱਚ ਤੁਸੀਂ ਸਿਰਫ ਇਹਨੂੰ ਇਸ ਤਰੀਕੇ ਨਾਲ ਹੀ ਯਾਦ ਕਰਨਾ ਕਿਉਂਕਿ ਇਹ ਈਜ਼ੀ ਆ ਬਸ ਇਹਨਾਂ ਦੇ ਨਾਮ ਕਲੀਅਰ ਹੋਣੇ ਚਾਹੀਦੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਪੀ ਐਮ ਦਾ ਮਤਲਬ ਕੀ ਹੈ ਇਹਦੇ ਵਿੱਚ ਇਹਨੇ ਸੱਤ ਅਬਿਲਟੀਜ਼ ਦੱਸੀਆਂ ਇਸ ਤੋਂ ਬਾਅਦ ਨੈਕਸਟ ਮੈਂ ਜਿਹੜਾ ਕਿ ਇਹਦੇ ਬਾਰੇ ਹੋਰ ਤੁਹਾਨੂੰ ਡਿਟੇਲ ਚ ਦੱਸ ਦਊਂਗੀ ਕਿ ਇਹਨੂੰ ਤੁਸੀਂ ਕਿਸ ਤਰੀਕੇ ਨਾਲ ਯਾਦ ਕਰਨਾ ਨੈਕਸਟ ਆਪਣਾ ਹੈਗਾ ਜੀ ਹੁਣ ਥਰਸਡਨ ਨੇ ਜਿਹੜਾ ਕਿ ਆਪਾਂ ਨੂੰ ਪ੍ਰਾਇਮਰੀ ਮੈਂਟਲ ਅਬਿਲਿਟੀਆਂ ਦੇ ਬਾਰੇ ਦੱਸਿਆ ਕਿ ਥਰਸਡਨ ਦੇ ਅਕੋਰਡਿੰਗ ਜਿਹੜਾ ਕੀ ਆ ਆਪਣੇ ਮਾਈਂਡ ਦੇ ਵਿੱਚ ਜਿਹੜੇ ਕਿ ਸੱਤ ਯੋਗਤਾਵਾਂ ਹੁੰਦੀਆਂ ਤੇ ਇਹਨੂੰ ਤੁਸੀਂ ਸ਼ਾਰਟ ਟ੍ਰਿਕਸ ਨਾਲ ਕਿਵੇਂ ਯਾਦ ਕਰ ਸਕਦੇ ਹੋ ਦੇਖੋ ਹਰੇ ਜਦੋਂ ਵੀ ਆਪਾਂ ਕਿਸੇ ਚੀਜ਼ ਨੂੰ ਕਰਦੇ ਹਾਂ ਤਾਂ ਆਪਣੇ ਮਾਈਂਡ ਵਿੱਚ ਜਿਹੜਾ ਕਿ ਉਸ ਚੀਜ਼ ਨੂੰ ਅਸੀਂ ਯਾਦ ਕਰ ਲੈਣੇ ਹਨ ਤਾਂ ਸਭ ਤੋਂ ਪਹਿਲਾਂ ਆ ਗਈ ਮੈਮਰੀ ਅਬਿਲਿਟੀ ਠੀਕ ਹੈ ਹੁਣ ਮੈਮਰੀ ਅਬਿਲਟੀ ਜਦੋਂ ਆਪਾਂ ਕਿਸੇ ਚੀਜ਼ ਨੂੰ ਯਾਦ ਕਰ ਲਿਆ ਤਾਂ ਉਸ ਚੀਜ਼ ਨੂੰ ਅਸੀਂ ਬੋਲ ਕੇ ਦੱਸਦੇ ਹਾਂ ਠੀਕ ਹੈ ਤਾਂ ਕੀ ਆ ਗਿਆ ਵਰਬਲ ਅਬਿਲਟੀ ਠੀਕ ਹੈ ਉਸ ਚੀਜ਼ ਨੂੰ ਸਾਨੂੰ ਜਿਹੜਾ ਕੀ ਹੈ ਬੋਲਣ ਦੀ ਸਾਡੇ ਵਿੱਚ ਯੋਗਤਾ ਆ ਗਈ ਅਸੀਂ ਮੌਖਿਕ ਰੂਪ ਵਿੱਚ ਉਸ ਚੀਜ਼ ਨੂੰ ਬੋਲਦੇ ਹਾਂ ਤਾਂ ਹੁਣ ਜਦੋਂ ਜਿਹੜੀ ਚੀਜ਼ ਅਸੀਂ ਬੋਲੀ ਹੋਗੀ ਤਾਂ ਉਹਦੇ ਵਿੱਚ ਸਾਡੇ ਕੀ ਹੋਣਗੇ ਵਰਡ ਸੈਂਟੈਂਸ ਹੋਣਗੇ ਠੀਕ ਹੈ ਉਹਨੂੰ ਕੀ ਕਹਾਂਗੇ ਆਪਾਂ ਵਰਡ ਫਿਊਲੈਂਸੀ ਠੀਕ ਹੈ ਜਾਨਕੀ ਵਰਡ ਜਿਹੜੇ ਕੀ ਅਸੀਂ ਬੋਲੇ ਉਹਦੀ ਜਿਹੜੀ ਕਿ ਸਾਡੇ ਵਿੱਚ ਯੋਗਤਾ ਆ ਗਈ ਕਿ ਅਸੀਂ ਉਸ ਚੀਜ਼ ਨੂੰ ਕਿਸ ਤਰੀਕੇ ਨਾਲ ਜਿਹੜਾ ਪ੍ਰਨੰਸੀਏਸ਼ਨ ਕਰਨਾ ਹੁਣ ਦੇਖੋ ਅਸੀਂ ਉਸ ਚੀਜ਼ ਨੂੰ ਯਾਦ ਕਰਨ ਲੱਗ ਗਏ ਮੌਖਿਕ ਰੂਪ ਵਿੱਚ ਬੋਲਣ ਲੱਗ ਗਏ ਫਿਰ ਉਸ ਤੋਂ ਬਾਅਦ ਮੌਖਿਕ ਰੂਪ ਵਿੱਚ ਜਿਹੜੀ ਇਸ ਚੀਜ਼ ਅਸੀਂ ਬੋਲੀ ਆ ਉਹਦੇ ਸਾਨੂੰ ਵਰਡ ਵਗੈਰਾ ਪ੍ਰਨੰਸੀਏਸ਼ਨ ਆ ਗਿਆ ਇਸੇ ਤਰੀਕੇ ਨਾਲ ਆ ਗਿਆ ਸਪੈਕਟਰ ਸਪੈਕਟਰ ਅਬਿਲਟੀ ਠੀਕ ਹੈ ਤਾਂ ਇਹ ਫਿਰ ਉਸ ਤੋਂ ਬਾਅਦ ਜਿਹੜਾ ਕਿ ਆ ਉਸ ਚੀਜ਼ ਨੂੰ ਅਸੀਂ ਆਪਣੇ ਮਾਈਂਡ ਦੇ ਵਿੱਚ ਜਿਹੜਾ ਕਿ ਸਥਿਰ ਕਰ ਲਿਆ ਇਹਨੂੰ ਕੀ ਕਹਿੰਦੇ ਆ ਸਥਾਨਕ ਬੁੱਧੀ ਯਾਨੀ ਕਿ ਉਸ ਚੀਜ਼ ਨੂੰ ਅਸੀਂ ਆਪਣੇ ਮਾਈਂਡ 'ਚ ਬਿਠਾ ਲਿਆ ਹੁਣ ਕੀ ਕਰਾਂਗੇ ਹੁਣ ਅਸੀਂ ਇਹਦਾ ਜਿਹੜਾ ਕਿ ਹਿਸਾਬ ਕਿਤਾਬ ਕਰਾਂਗੇ ਹਨਾ ਤਾਂ ਕੀ ਆ ਗਿਆ ਨੰਮੈਰਿਕਲ ਅਬਿਲਟੀ ਠੀਕ ਹੈ ਹਿਸਾਬ ਕਿਤਾਬ ਜਦੋਂ ਅਸੀਂ ਇਸ ਚੀਜ਼ ਦਾ ਕਰਨ ਲੱਗ ਗਏ ਸਾਨੂੰ ਇਹ ਪਤਾ ਲੱਗ ਗਿਆ ਕਿ ਕਿਸੇ ਚੀਜ਼ ਨੂੰ ਕਿਸ ਤਰੀਕੇ ਨਾਲ ਕਰਨਾ ਤਾਂ ਉਸ ਤੋਂ ਬਾਅਦ ਸਾਡੇ ਮਾਈਂਡ ਵਿੱਚ ਜਿਹੜੀ ਕੀ ਆ ਜਾਊਗੀ ਰੀਜ਼ਨਿੰਗ ਆ ਜਾਊਗੀ ਠੀਕ ਹੈ ਤਾ ਸਾਡੇ ਮਾਈਂਡ ਦੇ ਵਿੱਚ ਜਿਹੜਾ ਕਿ ਰੀਜ਼ਨਿੰਗ ਅਬਿਲਟੀ ਸ਼ਾਮਿਲ ਹੋਗੀ ਰੀਜ਼ਨਿੰਗ ਅਬਿਲਟੀ ਦੇ ਵਿੱਚ ਸਾਨੂੰ ਇਹ ਪਤਾ ਲੱਜੂਗਾ ਕਿ ਉਹ ਚੀਜ਼ ਸਹੀ ਆ ਜਾਂ ਗਲਤ ਆ ਅਸੀਂ ਆਪਣੇ ਤਰਕ ਦੇ ਲੌਜੀਕ ਦੇ ਨਾਲ ਜਿਹੜੀ ਕਿ ਉਸ ਚੀਜ਼ ਨੂੰ ਕਰਨ ਲੱਜਾਂਗੇ ਉਸ ਤੋਂ ਬਾਅਦ ਜਿਹੜਾ ਕਿ ਇਹ ਸਾਡਾ ਹੋਊਗਾ ਪਰਸੈਪਸ਼ਨਲ ਠੀਕ ਹੈ ਪਰ ਸਨੈਪਚਰ ਅਬਿਲਟੀ ਜਿਹੜੀ ਕਿ ਇਹ ਉਹ ਚੀਜ਼ ਹੁੰਦੀ ਆ ਜਦੋਂ ਸਾਨੂੰ ਜਿਹੜਾ ਕਿ ਹੈ ਕਿਸੇ ਚੀਜ਼ ਦੀ ਸਮਝਣ ਸਮਝ ਆ ਜਾਣ ਦੀ ਯੋਗਤਾ ਹੋਵੇ ਜਿਵੇਂ ਮੰਨ ਲਓ ਕਿ ਮੈਂ ਤੁਹਾਨੂੰ ਇੱਥੇ ਪੜਾ ਰਹੀ ਹਾਂ ਫੋਰ ਐਗਜ਼ਾਮਪਲ ਦਿੰਨੀ ਆ ਮੈਂ ਤੁਹਾਨੂੰ ਪੜਾ ਰਹੀ ਹਾਂ ਤੁਹਾਨੂੰ ਇਹ ਪੜਨ ਦੇ ਵਿੱਚ ਜਿਹੜੀ ਚੀਜ਼ ਮੈਂ ਤੁਹਾਨੂੰ ਥਿਊਰੀ ਕਰਾਈ ਆ ਤੁਹਾਨੂੰ ਕਿੰਨੀ ਸਮਝ ਆ ਰਹੀ ਹੈ ਇਸ ਚੀਜ਼ ਦੀ ਉਹ ਤੁਹਾਡੀ ਪਰਸੈਪਸ਼ਨਲ ਹੋਊਗੀ ਉਹ ਤੁਹਾਡੀ ਪਰਸੈਪਸ਼ੂਅਲ ਅਬਿਲਟੀ ਹੋਊਗੀ ਕਿਸੇ ਚੀਜ਼ ਨੂੰ ਕਿਸ ਤਰੀਕੇ ਨਾਲ ਤੁਸੀਂ ਸਮਝੋਗੇ ਤਾਂ ਇਸ ਤਰੀਕੇ ਨਾਲ ਦੁਬਾਰਾ ਇੱਕ ਵਾਰੀ ਫੇਰ ਦੱਸਦੀਆਂ ਕਿ ਇਹਨੂੰ ਤੁਸੀਂ ਕਿਵੇਂ ਯਾਦ ਕਰ ਸਕਦੇ ਹੋ ਜਿਹੜੀ ਥਰਸਡੇ ਨੇ ਪ੍ਰਾਇਮਰੀ ਮੈਂਟਲ ਅਬਿਲਟੀ ਦਿੱਤੀ ਆ ਸ਼ੋਰਟ ਦੇ ਵਿੱਚ ਇਹਨੂੰ ਪੀ ਐਮ ਏ ਵੀ ਕਿਹਾ ਜਿਹੜਾ ਕਿ ਇਹ ਕਿਹਾ ਜਾਂਦਾ ਇਹ ਚੀਜ਼ ਯਾਦ ਰੱਖਿਓ 7 ਇਹਨੇ ਦਿੱਤੀ ਆ ਠੀਕ ਹੈ ਇਹ ਕਹਿੰਦਾ ਹਰੇਕ ਪਰਸਨ ਦੇ ਜਿਹੜਾ ਕੀ ਆ ਜਰਨਲ ਅਬਿਲਟੀ ਤਾਂ ਹੁੰਦੀ ਆ ਬਟ ਉਹਦੇ ਨਾਲ ਜਿਹੜੇ ਕੀ ਆ ਸੈਵਨ ਅਬਿਲਟੀਆਂ ਵੀ ਉਹਦੇ ਵਿੱਚ ਇੱਕ ਸਪੈਸੀਫਿਕ ਅਬਿਲਟੀ ਵੀ ਜਿਹੜੀ ਕਿ ਸ਼ਾਮਿਲ ਹੁੰਦੇ ਉਹਦੀ ਮਾਈਂਡ ਦੇ ਵਿੱਚ ਤਾਂ ਆਪਾਂ ਇਹਨੂੰ ਕਿਵੇਂ ਯਾਦ ਕੀਤਾ ਕਿ ਸਭ ਤੋਂ ਪਹਿਲਾਂ ਅਸੀਂ ਕਿਸੇ ਚੀਜ਼ ਨੂੰ ਯਾਦ ਕਰਦੇ ਜਾਨੀ ਕਿ ਮੈਮੋਰਾਇਜ਼ਿੰਗ ਅਬਿਲਟੀ ਉਸ ਤੋਂ ਬਾਅਦ ਉਸ ਚੀਜ਼ ਨੂੰ ਅਸੀਂ ਬੋਲ ਕੇ ਦੱਸਦੇ ਹਾਂ ਜਾਨੀ ਕਿ ਉਹ ਸਾਡੀ ਹੋਗੀ ਵਰਬਲ ਅਬਿਲਟੀ ਫਿਰ ਜਿਹੜੀ ਚੀਜ਼ ਅਸੀਂ ਬੋਲ ਕੇ ਦੱਸਦੇ ਹਾਂ ਮੌਖਿਕ ਤੌਰ ਤੇ ਉਹਦੇ ਵਿੱਚ ਜਿਹੜੇ ਵਰਡ ਅਸੀਂ ਯੂਜ਼ ਕਰਦੇ ਆ ਉਹਨੂੰ ਕਹਿੰਦੇ ਵਰਡ ਫਿਊ ਲੈਂਸੀ ਅਬਿਲਟੀ ਜਿਹਦੇ ਵਿੱਚ ਸਾਡੀ ਪ੍ਰਨੰਸੀਏਸ਼ਨ ਸਾਹਮਣੇ ਹੁੰਦੀ ਹੈ ਕਿ ਅਸੀਂ ਕਿਸ ਤਰੀਕੇ ਨਾਲ ਉਸ ਚੀਜ਼ ਨੂੰ ਬੋਲਦੇ ਆ ਫਿਰ ਆ ਗਈ ਸਪੈਕਟਲ ਅਬਿਲਟੀ ਜਾਨੀ ਕਿ ਉਸ ਚੀਜ਼ ਨੂੰ ਅਸੀਂ ਆਪਣੇ ਮਾਈਂਡ ਦੇ ਵਿੱਚ ਜਿਹੜਾ ਕਿ ਸਥਿਰ ਕਰ ਲੈਣੇ ਆ ਫਿਰ ਉਸ ਚੀਜ਼ ਦਾ ਜਿਹੜਾ ਕਿ ਅਸੀਂ ਨੰਮਰਿਕਲ ਕਰਕੇ ਦੇਖਦੇ ਆ ਉਹਦਾ ਹਿਸਾਬ ਕਿਤਾਬ ਕਰਕੇ ਦੇਦੇ ਵੀ ਉਹ ਚੀਜ਼ ਕਿਸ ਤਰੀਕੇ ਨਾਲ ਫਿਰ ਨੰਮਰਿਕਲ ਦੇ ਨਾਲ ਫਿਰ ਅਸੀਂ ਰੀਜ਼ਨਿੰਗ ਅਬਿਲਟੀ ਦਾ ਯੂਜ਼ ਕਰਦੇ ਆ ਤਰਕ ਲਗਾਣੇ ਕਿ ਉਹ ਚੀਜ਼ ਠੀਕ ਆ ਜਾਂ ਨਹੀਂ ਤਾਂ ਫਿਰ ਉਸ ਤੋਂ ਬਾਅਦ ਸਾਨੂੰ ਜਿਹੜਾ ਕਿ ਪਰਸੈਪਸ਼ਨ ਅਬਿਲਟੀ ਹੈ ਸਾਨੂੰ ਉਹ ਚੀਜ਼ ਕਿਸ ਤਰੀਕੇ ਨਾਲ ਸਮਝ ਆਈ ਜਿਵੇਂ ਤੁਹਾਨੂੰ ਮੈਂ ਐਗਜ਼ਾਮਪਲ ਨਾਲ ਦੱਸਿਆ ਠੀਕ ਹੈ ਤਾਂ ਅੱਜ ਦੀ ਆਪਣੀ ਵੀਡੀਓ ਦੇ ਵਿੱਚ ਜਿਹੜਾ ਕਿ ਆਪਾਂ ਪੂਰਾ ਇੱਕ ਥਿਉਰੀ ਕੰਪਲੀਟ ਕਰ ਚੁੱਕੇ ਆ ਥਰਸਟਨ ਦੀ ਤੇ ਇਹਦੇ ਵਿੱਚ ਕੋਈ ਵੀ ਇੱਕ ਚੀਜ਼ ਹਟਾ ਕੇ ਉਹਦੇ 'ਚ ਪੁੱਛਿਆ ਜਾ ਸਕਦਾ ਕਿ ਇਹਦੇ ਵਿੱਚ ਕੀ ਸ਼ਾਮਿਲ ਨਹੀਂ ਹੈ ਜਾਂ ਇਹਨੂੰ ਆਰਡਰ ਦੇ ਵਿੱਚ ਕਿਵੇਂ ਲਗਾਉਣਾ ਹਨ ਅਲੱਗ-ਅਲੱਗ ਦਿੱਤੇ ਹੋਣਗੇ ਆਰਡਰ ਵਿੱਚ ਲਗਾ ਕੇ ਪੁੱਛਿਆ ਜਾ ਸਕਦਾ ਜਾਂ ਇਹ ਪੁੱਛਿਆ ਜਾ ਸਕਦਾ ਕਿ ਥਰਸਟਨ ਨੇ ਜਿਹੜੀ ਕਿ ਇਹ ਕਿਹੜੀ ਅਬਿਲਟੀ ਦਿੱਤੀ ਹੈ ਤਾਂ ਉਹ ਹੈ ਪ੍ਰਾਇਮਰੀ ਮੈਂਟਲ ਅਬਿਲਿਟੀ ਜਾਂ ਪ੍ਰਾਇਮਰੀ ਮੈਂਟਲ ਅਬਿਲਿਟੀ ਕੀ ਨੇ ਦਿੱਤੀਆ ਤਾਂ ਆਪਸ਼ਨ ਚ ਹੋ ਸਕਦਾ ਥਰਸਟਨ ਠੀਕ ਹੈ ਥੌਨਡਾਇਕ ਹੋ ਸਕਦਾ ਗਾਰਨਰ ਹੋ ਸਕਦਾ ਠੀਕ ਹੈ ਗਿਲਫੋਰਡ ਹੋ ਸਕਦਾ ਤਾਂ ਇਸ ਤਰੀਕੇ ਨਾਲ ਤੁਹਾਨੂੰ ਇਸ ਚੀਜ਼ ਦੇ ਬਾਰੇ ਪਤਾ ਹੋਗਾ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਮੇਰੀ ਇਸ ਵੀਡੀਓ ਨੂੰ ਵਾਚ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ